ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ਯਾਨੀ ਕਿ 4 ਸਤੰਬਰ ਨੂੰ ਸਿੰਗਾਪੁਰ ਪਹੁੰਚੇ ਨੇ, ਜਿੱਥੇ ਕਿ ਉਹਨਾਂ ਦਾ ਕਾਫੀ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸੋਸ਼ਲ ਮੀਡੀਆ ਅਕਾਊਂਟ ਤੇ ਖੁਦ PM ਮੋਦੀ ਦੇ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਉਹਨਾਂ ਨੂੰ ਢੋਲ ਵਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਕੁਝ ਲੋਕਾਂ ਦੇ ਕੋਲੋਂ ਰੱਖੜੀ ਵੀ ਬਣਾਈ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਸਤੰਬਰ ਨੂੰ ਸਿੰਗਾਪੁਰ ਪਹੁੰਚੇ, ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਸਿੰਗਾਪੁਰ ਦੇ 2 ਦਿਨਾਂ ਦੌਰੇ ਤੇ ਗਏ ਨੇ, ਜਿੱਥੇ ਉਹ 4-5 ਸਤੰਬਰ ਤੱਕ ਰੁਕਣਗੇ। ਆਪਣੀ ਯਾਤਰਾ ਦੌਰਾਨ PM ਮੋਦੀ ਦੇ ਵੱਲੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਅਤੇ ਰਾਸ਼ਟਰਪਤੀ ਥਰਮਨ ਦੇ ਨਾਲ ਮੁਲਾਕਾਤ ਕੀਤੀ ਜਾਏਗੀ। ਉਹ ਕਈ ਮਾਮਲਿਆਂ ਦੇ ਉੱਤੇ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਦੇ ਸੱਦੇ ਤੇ ਇੱਥੇ ਪਹੁੰਚੇ ਨੇ ਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਦੱਖਣ ਪੂਰਬੀ ਏਸ਼ੀਆਈ ਦੇਸ਼ ਦੀ ਉਹਨਾਂ ਦੀ ਇਹ 5ਵੀਂ ਸਰਕਾਰੀ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ ਬਰੂਨੇਈ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸਿੰਗਾਪੁਰ ਆਏ। 2 ਦਿਨਾਂ ਦੌਰੇ ਦੌਰਾਨ ਉਹਨਾਂ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ, ਰਾਸ਼ਟਰਪਤੀ ਥਰਮਨ, ਸੀਨੀਅਰ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਲੀ ਹਸੀਨ ਲੁਗ ਅਤੇ ਐਮਰਿਟਸ ਸੀਨੀਅਰ ਮੰਤਰੀ ਗੋ ਚੌਂਗ ਟੌਂਗ ਦੇ ਨਾਲ ਵੀ ਮੁਲਾਕਾਤ ਕੀਤੀ ਜਾਏਗੀ। PM ਮੋਦੀ ਦਾ ਸਿੰਗਾਪੁਰ ਦੌਰਾ ਬਹੁਤ ਜ਼ਿਆਦਾ ਖਾਸ ਦੱਸਿਆ ਜਾ ਰਿਹਾ। ਸਿੰਗਾਪੁਰ ਪਹੁੰਚਣ ਤੋਂ ਬਾਅਦ PM ਮੋਦੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹ ਸਿੰਗਾਪੁਰ ਪਹੁੰਚ ਗਏ ਨੇ, ਭਾਰਤ ਸਿੰਗਾਪੁਰ ਦੋਸਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਕਈ ਮੀਟਿੰਗਾਂ ਦੇ ਲਈ ਉਹਨਾਂ ਦੇ ਵੱਲੋਂ ਆਸਵੰਦ ਦਿੱਤਾ ਗਿਆ। PM ਮੋਦੀ ਦੀ ਆਮਦ ਨੂੰ ਲੈ ਕੇ ਭਾਰਤੀ ਭਾਈਚਾਰੇ ਦੇ ਵਿੱਚ ਅਦਭੁਤ ਉਤਸ਼ਾਹ ਵੇਖਣ ਨੂੰ ਮਿਲਿਆ। ਉਹਨਾਂ ਨੇ ਸਵਾਗਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਫੀ ਭੀੜ ਇਕੱਠੀ ਹੋਈ। PM ਮੋਦੀ ਜਿਵੇਂ ਹੀ ਸਿੰਗਾਪੁਰ ਦੇ ਵਿੱਚ ਆਪਣੇ ਹੋਟਲ ਪਹੁੰਚੇ ਤਾਂ ਭਾਰਤੀ ਭਾਈਚਾਰੇ ਦੇ ਲੋਕ ਉਹਨਾਂ ਦਾ ਨਿੱਘਾ ਸਵਾਗਤ ਕਰਨ ਦੇ ਲਈ ਉੱਥੇ ਪਹੁੰਚ ਗਏ। ਇਸ ਦੌਰਾਨ ਕਈ ਲੋਕਾਂ ਨੇ PM ਮੋਦੀ ਦਾ ਆਟੋਗ੍ਰਾਫ ਵੀ ਲਿਆ। ਭਾਰਤੀ ਮੂਲ ਦੀਆਂ ਔਰਤਾਂ ਨੇ PM ਮੋਦੀ ਨੂੰ ਰੱਖੜੀ ਬੰਨੀ। ਸਿੰਗਾਪੁਰ ਦੇ ਵਿੱਚ ਭਾਰਤੀ ਲੋਕਾਂ ਦੇ ਵਿੱਚ ਅਦਭੁਤ ਉਤਸ਼ਾਹ ਸੀ। PM ਮੋਦੀ ਨੇ ਖੁਦ ਵੀ ਢੋਲ ਵਜਾਇਆ। ਜਦੋਂ PM ਮੋਦੀ ਢੋਲ ਵਜਾ ਰਹੇ ਸੀ, ਉਹ ਗਣਪਤੀ ਬੱਪਾ ਮੋਰਿਆ ਦੇ ਜੈਕਾਰੇ ਲਗਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਲੋਕਾਂ ਨੇ PM ਮੋਦੀ ਨੂੰ ਸ਼ਾਲ ਪਹਿਨਾਈ। PM ਮੋਦੀ ਨੇ ਕਈ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਕਈ ਭਾਰਤੀਆਂ ਦੇ ਨਾਲ ਹੱਥ ਵੀ ਮਿਲਾਇਆ। ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਜਾ ਸਕਦੀਆਂ ਨੇ, ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਅਤੇ ਇਸ ਸਿੰਗਾਪੁਰ ਦੇ ਦੌਰੇ ਦੌਰਾਨ ਮੀਟਿੰਗ ਜਿਹੜੀ ਹੈ ਉੱਥੇ ਦੇ ਪ੍ਰਧਾਨ ਮੰਤਰੀ ਤੇ ਨਾਲ ਹੀ ਨਾਲ ਰਾਸ਼ਟਰਪਤੀ ਦੇ ਨਾਲ ਕੀਤੀ ਜਾਏਗੀ ਤੇ ਉਦਯੋਗਿਕ ਮੁੱਦਿਆਂ ਦੇ ਉੱਤੇ ਗੱਲਬਾਤ ਇਸ ਮੀਟਿੰਗ ਦੇ ਵਿੱਚ ਹੋਵੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ਯਾਨੀ ਕਿ 4 ਸਤੰਬਰ ਨੂੰ ਸਿੰਗਾਪੁਰ ਪਹੁੰਚੇ ਨੇ, ਜਿੱਥੇ ਕਿ ਉਹਨਾਂ ਦਾ ਕਾਫੀ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸੋਸ਼ਲ ਮੀਡੀਆ ਅਕਾਊਂਟ ਤੇ ਖੁਦ PM ਮੋਦੀ ਦੇ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਉਹਨਾਂ ਨੂੰ ਢੋਲ ਵਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਕੁਝ ਲੋਕਾਂ ਦੇ ਕੋਲੋਂ ਰੱਖੜੀ ਵੀ ਬਣਾਈ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਸਤੰਬਰ ਨੂੰ ਸਿੰਗਾਪੁਰ ਪਹੁੰਚੇ, ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਸਿੰਗਾਪੁਰ ਦੇ 2 ਦਿਨਾਂ ਦੌਰੇ ਤੇ ਗਏ ਨੇ, ਜਿੱਥੇ ਉਹ 4-5 ਸਤੰਬਰ ਤੱਕ ਰੁਕਣਗੇ। ਆਪਣੀ ਯਾਤਰਾ ਦੌਰਾਨ PM ਮੋਦੀ ਦੇ ਵੱਲੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਅਤੇ ਰਾਸ਼ਟਰਪਤੀ ਥਰਮਨ ਦੇ ਨਾਲ ਮੁਲਾਕਾਤ ਕੀਤੀ ਜਾਏਗੀ। ਉਹ ਕਈ ਮਾਮਲਿਆਂ ਦੇ ਉੱਤੇ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਦੇ ਸੱਦੇ ਤੇ ਇੱਥੇ ਪਹੁੰਚੇ ਨੇ ਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਦੱਖਣ ਪੂਰਬੀ ਏਸ਼ੀਆਈ ਦੇਸ਼ ਦੀ ਉਹਨਾਂ ਦੀ ਇਹ 5ਵੀਂ ਸਰਕਾਰੀ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ ਬਰੂਨੇਈ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸਿੰਗਾਪੁਰ ਆਏ। 2 ਦਿਨਾਂ ਦੌਰੇ ਦੌਰਾਨ ਉਹਨਾਂ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ, ਰਾਸ਼ਟਰਪਤੀ ਥਰਮਨ, ਸੀਨੀਅਰ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਲੀ ਹਸੀਨ ਲੁਗ ਅਤੇ ਐਮਰਿਟਸ ਸੀਨੀਅਰ ਮੰਤਰੀ ਗੋ ਚੌਂਗ ਟੌਂਗ ਦੇ ਨਾਲ ਵੀ ਮੁਲਾਕਾਤ ਕੀਤੀ ਜਾਏਗੀ।
ਪੀਐਮ ਮੋਦੀ ਦਾ ਸਿੰਗਾਪੁਰ ਦੌਰਾ ਬਹੁਤ ਜ਼ਿਆਦਾ ਖਾਸ ਦੱਸਿਆ ਜਾ ਰਿਹਾ। ਸਿੰਗਾਪੁਰ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹ ਸਿੰਗਾਪੁਰ ਪਹੁੰਚ ਗਏ ਨੇ ਭਾਰਤ ਸਿੰਗਾਪੁਰ ਦੋਸਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਕਈ ਮੀਟਿੰਗਾਂ ਦੇ ਲਈ ਉਹਨਾਂ ਦੇ ਵੱਲੋਂ ਆਸਵੰਦ ਦਿੱਤਾ ਗਿਆ। ਪੀਐਮ ਮੋਦੀ ਦੀ ਆਮਦ ਨੂੰ ਲੈ ਕੇ ਭਾਰਤੀ ਭਾਈਚਾਰੇ ਦੇ ਵਿੱਚ ਅਦਭੁਤ ਉਤਸ਼ਾਹ ਵੇਖਣ ਨੂੰ ਮਿਲਿਆ। ਉਹਨਾਂ ਨੇ ਸਵਾਗਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਫੀ ਭੀੜ ਇਕੱਠੀ ਹੋਈ। ਪੀਐਮ ਮੋਦੀ ਜਿਵੇਂ ਹੀ ਸਿੰਗਾਪੁਰ ਦੇ ਵਿੱਚ ਆਪਣੇ ਹੋਟਲ ਪਹੁੰਚੇ ਤਾਂ ਭਾਰਤੀ ਭਾਈਚਾਰੇ ਦੇ ਲੋਕ ਉਹਨਾਂ ਦਾ ਨਿੱਘਾ ਸਵਾਗਤ ਕਰਨ ਦੇ ਲਈ ਉੱਥੇ ਪਹੁੰਚ ਗਏ। ਇਸ ਦੌਰਾਨ ਕਈ ਲੋਕਾਂ ਨੇ ਪੀਐਮ ਮੋਦੀ ਦਾ ਆਟੋਗ੍ਰਾਫ ਵੀ ਲਿਆ। ਭਾਰਤੀ ਮੂਲ ਦੀਆਂ ਔਰਤਾਂ ਨੇ ਪੀਐਮ ਮੋਦੀ ਨੂੰ ਰੱਖੜੀ ਬੰਨੀ। ਸਿੰਗਾਪੁਰ ਦੇ ਵਿੱਚ ਭਾਰਤੀ ਲੋਕਾਂ ਦੇ ਵਿੱਚ ਅਦਭੁਤ ਉਤਸ਼ਾਹ ਸੀ। ਪੀਐਮ ਮੋਦੀ ਨੇ ਖੁਦ ਵੀ ਢੋਲ ਵਜਾਇਆ। ਜਦੋਂ ਪੀਐਮ ਮੋਦੀ ਢੋਲ ਵਜਾ ਰਹੇ ਸੀ ਉਹ ਗਣਪਤੀ ਬੱਪਾ ਮੋਰਿਆ ਦੇ ਜੈਕਾਰੇ ਲਗਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਲੋਕਾਂ ਨੇ ਪੀਐਮ ਮੋਦੀ ਨੂੰ ਸ਼ਾਲ ਪਹਿਨਾਈ। ਪੀਐਮ ਮੋਦੀ ਨੇ ਕਈ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਕਈ ਭਾਰਤੀਆਂ ਦੇ ਨਾਲ ਹੱਥ ਵੀ ਮਿਲਾਇਆ। ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਜਾ ਸਕਦੀਆਂ ਨੇ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਅਤੇ ਇਸ ਸਿੰਗਾਪੁਰ ਦੇ ਦੌਰੇ ਦੌਰਾਨ ਮੀਟਿੰਗ ਜਿਹੜੀ ਹੈ ਉੱਥੇ ਦੇ ਪ੍ਰਧਾਨ ਮੰਤਰੀ ਅਤੇ ਨਾਲ ਹੀ ਨਾਲ ਰਾਸ਼ਟਰਪਤੀ ਦੇ ਨਾਲ ਕੀਤੀ ਜਾਏਗੀ ਅਤੇ ਉਦਯੋਗਿਕ ਮੁੱਦਿਆਂ ਦੇ ਉੱਤੇ ਗੱਲਬਾਤ ਇਸ ਮੀਟਿੰਗ ਦੇ ਵਿੱਚ ਹੋਵੇਗੀ।